ਇੱਕ ਉਹਦੀ ਜਾਨ ਗਈ ਆ ਜਿਹੜਾ ਇਨਸਾਨ ਹੱਥੀਂ ਕਿਰਤ ਕਰਕੇ ਖਾਂਦਾ ਇੱਕ ਉਹਦੀ ਜਾਨ ਗਈ ਆ ਜਿਹੜਾ ਆਪਣੀ ਬੱਚੀ ਵਾਸਤੇ ਉਸ ਜ਼ਮੀਨ ਤੋਂ ਰੋਟੀ ਲਿਆਉਂਦਾ ਸੀਗਾ ਮੂਰਖ ਲੋਕ ਨੇ ਜਿਹੜੇ ਸਰਕਾਰ ਦੇ ਨਾਲ ਹੱਲੇ ਵੀ ਨੇ ਪਰ ਕਈ ਜ਼ਮੀਰਾਂ ਲੋਕਾਂ ਦੀਆਂ ਜਾਗ ਗਈਆਂ ਨੇ ਨਾ ਤੇ ਨਾ ਤਾਂ ਕਿਸਾਨੀ ਬਚਦੀ ਆ ਨਾ ਜਵਾਨੀ ਬਚਦੀ ਆ ਪ੍ਰਸ਼ਾਸਨ ਦਾ ਡਰ ਲੋਕਾਂ ਦੇ ਵਿੱਚ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਕਾਨੂੰਨ ਦੇ ਉੱਤੇ ਕਾਨੂੰਨ ਨੂੰ ਚਲਾਉਣ ਵਾਲਿਆਂ ਦੇ ਉੱਤੇ ਬਹੁਤੀ ਜ਼ਿੰਮੇਵਾਰੀ ਨਹੀਂ ਪੈਂਦੀ ਪਰ ਜਦੋਂ ਪ੍ਰਸ਼ਾਸਨ ਦਾ ਡਰ ਇਸ ਪੱਧਰ ਤੇ ਪੈ ਜਾਵੇ ਕਿ ਕਿਸੇ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪੈ ਜਾਵੇ ਤਾਂ ਇਸ ਨੂੰ ਤਾਨਾਸ਼ਾਹੀ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ ਇਸੇ ਤਰ੍ਹਾਂ ਦੀ ਘਟਨਾ ਬਠਿੰਡਾ ਦੇ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਬਠਿੰਡਾ ਦੇ ਇੱਕ ਕਿਸਾਨ ਦੇ ਵੱਲੋਂ ਜਿਸ ਦਾ ਪਿੰਡ ਕੋਠਾ ਗੁਰੂ ਸੀ ਉਸ ਦੇ ਵੱਲੋਂ ਸੁਸਾਈਡ ਕਰ ਲਿਆ ਜਾਂਦਾ ਹੈ ਕਾਰਨ ਰਹਿੰਦਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਸਤੇ ਵੱਲੋਂ ਖੇਤ ਦੇ ਵਿੱਚ ਕਹਿੰਦੇ ਨੇ ਕਿ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜਦੋਂ ਉੱਥੇ ਏਡੀਸੀ ਮੈਡਮ ਖੁਦ ਪਹੁੰਚਦੇ ਨੇ ਤੇ ਉਹਦੀਆਂ ਫੋਟੋਆਂ ਖਿੱਚ ਲਈਆਂ ਜਾਂਦੀਆਂ ਨੇ ਮਾੜਾ ਕਿਸਾਨ ਜਿਹਦੇ ਕੋਲ 6 ਕਨਾਲਾਂ ਜ਼ਮੀਨ ਸੀ ਉਹ ਫੋਟੋ ਖਿੱਚਣ ਤੋਂ ਹੀ ਡਰ ਗਿਆ ਤੇ ਆਖਰਕਾਰ ਜੀਵਨ ਲੀਲਾ ਸਮਾਪਤ ਕਰ ਗਿਆ ਸਾਡੇ ਨਾਲ ਐਨਐਸਯੂਆਈ ਦੇ ਪੰਜਾਬ ਦੇ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖ ਰਹੇ ਹਾਂ ਸਰਕਾਰ ਕਹਿ ਰਹੀ ਸੀ ਕਹਿੰਦੇ ਕਿਸਾਨਾਂ ਨੂੰ ਪਰਾਲੀ ਜਿਹੜੀ ਸਾੜਨ ਤੋਂ ਰੋਕਾਂਗੇ ਜਿਹੜੇ ਸਾੜਨਗੇ ਪਰਚੇ ਦਵਾਂਗੇ ਡਾਇਰੈਕਟੇ ਵੱਡੇ ਪੱਧਰ ਤੇ ਹੋਇਆ ਕਿ ਇੱਕ ਬੰਦਾ ਰਾਤੋਂ ਰਾਤ ਜਿਹੜਾ ਸੁਸਾਈਡ ਕਰਨ ਵਾਲ ਤਰ੍ਹਾਂ ਪਿਆ। ਭਾਜੀ ਬਹੁਤ ਹੀ ਮੰਦ ਭਾਗੀ ਖਬਰ ਪਰ ਤੁਸੀਂ ਇਹ ਦੇਖੋ ਨਾ ਇਹਦੇ ਵਿੱਚ ਆਮ ਬੰਦਾ ਤਾਂ ਡਰ ਜਾਂਦਾ। ਸਰਕਾਰ ਨੂੰ ਉਹੀ ਗੱਲ ਹੈ ਨਾ ਜਿਹੜਾ ਤਕੜਾ ਹੁੰਦਾ ਉਹ ਡਰਿਆ ਨਹੀਂ ਜਾਂਦਾ। ਜਿੰਨੇ ਗੈਂਗਸਟਰ ਨੇ ਜਾਂ ਜਿੰਨੇ ਆਪਣੇ ਆਪ ਨੂੰ ਫਰੋਤੀਆਂ ਮੰਗਣ ਵਾਲੇ ਨੇ ਉਹ ਤਾਂ ਇਹਨਾਂ ਤੋਂ ਡਰਿਆ ਨਹੀਂ ਜਾਂਦੇ। ਡਰਿਆ ਕੌਣ ਜਾਂਦਾ ਇੱਕ 6 ਕਨਾਲ ਜਿਹਦੇ ਕੋਲ ਜ਼ਮੀਨ ਹੋਵੇ। ਇੱਕ ਬੱਚੀ ਦਾ ਪਿਓ ਜਿਹੜਾ ਕਿ ਪਿੰਡ ਵਾਲੇ ਕਹਿੰਦੇ ਅੱਜ ਤੱਕ ਕਿਸੇ ਉੱਚੀ ਬਾਤ ਚ ਨਾ ਬੋਲਿਆ ਹੋਵੇ ਉਹ ਕਰ ਕੀ ਰਿਹਾ ਸੀਗਾ ਉਹ ਕਰ ਇਹ ਰਿਹਾ ਸੀਗਾ ਜਿਹੜੀ ਕਮੀਆਂ ਸਰਕਾਰ ਦੀਆਂ ਨੇ ਉਹ ਕਮੀਆਂ ਨੂੰ ਉਹ ਛੁਪਾ ਰਿਹਾ ਸੀਗਾ ਛਪਾ ਕਿਹੜੇ ਹਿਸਾਬ ਨਾਲ ਰਿਹਾ ਸੀਗਾ ਜਦੋਂ ਇਹਨਾਂ ਨੇ ਡੀਸੀ ਦਫ਼ਤਰਾਂ ਦੇ ਵੱਲ ਪੁਰਾਲੀਆਂ ਛੱਡ ਦਿੱਤੀਆਂ ਜਦੋਂ ਇਹਨਾਂ ਨੇ ਕਿਹਾ ਕਿ ਉੱਥੇ ਛੱਡਿਓ ਤੇ ਅਸੀਂ ਇਹਨਾਂ ਦਾ ਹੱਲ ਕਰਾਂਗੇ ਉਦੋਂ ਸਰਕਾਰ ਤੋਂ ਹੱਲ ਨਹੀਂ ਹੋਇਆ ਸਰਕਾਰ ਦੀਆਂ ਗਲਤੀਆਂ ਉਹ ਇਨਸਾਨ ਛੁਪਾ ਰਿਹਾ ਸੀਗਾ ਕਿੱਦਾਂ ਆਪਣੀ ਜ਼ਮੀਨ ਦੇ ਵਿੱਚ ਅੱਗ ਲਾ ਕੇ ਉਹਨੂੰ ਅਗ ਲਾਉਣਾ ਮੇਰੇ ਹਿਸਾਬ ਨਾਲ ਸਾਰੀ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਇੱਕ ਉਹਦੀ ਜਾਨ ਗਈ ਆ ਜਿਹੜਾ ਇਨਸਾਨ ਹੱਥੀਕਰਤ ਕਰਕੇ ਖਾਂਦਾ ਇੱਕ ਉਹਦੀ ਜਾਨ ਗਈ ਆ ਜਿਹੜਾ ਆਪਣੀ ਬੱਚੀ ਵਾਸਤੇ ਉਸ ਜ਼ਮੀਨ ਤੋਂ ਰੋਟੀ ਲਿਆਉਂਦਾ ਸੀਗਾ ਉਹਨੇ ਕਿਉਂ ਕਰਿਆ ਕਿਉਂਕਿ ਈਡੀਸੀ ਕਰਕੇ ਉਹ ਇੰਨਾ ਜ਼ਿਆਦਾ ਪ੍ਰਸ਼ਾਸਨ ਦਾ ਡਰ ਆ ਬੰਦੇ ਦੇ ਆਮ ਦੇ ਦਿਮਾਗ 'ਚ ਇੱਕ ਪਾਸਿਓਂ ਗੈਂਗਸਟਰ ਮਾਰਦੇ ਨੇ ਕਿਸਾਨਾਂ ਨੂੰ ਧਮਕੀਆਂ ਜਾਂ ਫਿਰ ਕੋਈ ਵੱਡੇ ਵਪਾਰੀਆਂ ਨੂੰ ਜਾਂ ਫਿਰ ਨੌਜਵਾਨਾਂ ਨੂੰ ਧਮਕੀਆਂ ਇੱਕ ਪਾਸੇ ਉਧਰੋਂ ਬਚ ਜਾਂਦੇ ਆ ਪ੍ਰਸ਼ਾਸਨ ਮਾਰ ਦਿੰਦਾ ਇਹ ਤਾਂ ਦੋਨੋਂ ਹੀ ਪਾਸਿਓਂ ਦੰਦੇ ਨੇ ਕਿਹੜੇ ਪਾਸੇ ਜਾਈਏ ਇਹ ਤਾਂ ਸਰਕਾਰ ਹੀ ਪਤਾ ਨਹੀਂ ਮਹਾਰਾਜ ਨੇ ਕਿਆ ਪੰਜਾਬ ਦੇ ਨਾਲ ਪਾਣਾ ਵਰਤਿਆ ਨਾ ਤੇ ਇਹਨਾਂ ਤੋਂ ਕਿਸਾਨੀ ਬਚ ਰਹੀ ਆ ਨਾ ਜਵਾਨੀ ਬਚ ਰਹੀ ਆ ਇਹ ਪਤਾ ਨਾ ਟੀਚਰ ਬਚ ਰਹੇ ਨੇ ਦੇਖੋ ਨਾ ਵਿਦਿਆਰਥੀ ਵੀ ਧਰਨਿਆ ਤੇ ਨੇ ਟੀਚਰ ਵੀ ਧਰਨਿਆ ਤੇ ਨੇ ਕਿਸਾਨ ਵੀ ਧਰਨਿਆ ਦੇ ਨੇ ਪਰ ਇਹ ਗੱਲਾਂ ਤੋਂ ਸਾਰਿਆਂ ਦੇ ਉੱਤੇ ਇੱਕ ਬੰਦੇ ਦੀ ਜਾਨ ਗਈ ਹੈ ਹੁਣ ਉਹ ਇਹਦਾ ਕਸੂਰਵਾਰ ਕੌਣ ਹੈ ਇਹਦਾ ਕਸੂਰਵਾਰ ਸਰਕਾਰ ਇਹਦੀ ਸਿੱਧੀ ਸਿੱਧੀ ਕਸੂਰਵਾਰ ਹੈ ਏਡੀਸੀ ਕਸੂਰਵਾਰ ਹੈ ਹੁਣ ਉਹ ਤੇ ਕੀ ਕਾਰਵਾਈ ਕਰਦਾ ਪ੍ਰਸ਼ਾਸਨ ਹਰਜੋਤ ਬੈਂਸ ਤੇ ਕੀ ਕਾਰਵਾਈ ਕਰੀ ਅਸੀਂ ਦੇਖਿਆ ਇੱਕ ਟੀਚਰ ਨੇ ਨਾਮ ਲਿਖ ਕੇ ਗਈ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਹਰਜੋਤ ਬੈਂਸ ਹੈ ਬਿਆਮਤੇ ਨੱਚਦੇ ਫਿਰਦੇ ਨੇ ਹੁਣ ਇਹਦਾ ਹੁਣ ਜੇ ਪਿੱਛੇ ਪਰਿਵਾਰ ਤਾਂ ਖਤਮ ਹੋ ਜਾਂਦਾ ਸਾਰਿਆਂ ਨੂੰ ਪਤਾ ਇੱਕ ਵਿੱਚੇ ਵਿਚਾਰੀ ਛੋਟੀ ਬੱਚੀ ਰਹਿ ਗਈ ਮਾਂ ਰਹੇਗੀ ਬਸ ਇਹਦੇ ਚ ਗਲਤੀ ਤਾਂ ਸਾਰੀ ਪ੍ਰਸ਼ਾਸਨ ਦੀ ਹੈ ਕੀ ਕਹੀ ਇਹ ਇੰਨੀ ਮੰਦ ਭਾਗੀ ਤੇ ਦੁਖੀ ਘਟਨਾ ਹੈ ਬਿਲਕੁਲ ਇਹ ਇਹ ਨੂੰ ਵੇਖੀਏ ਕਿਵੇਂ ਕਿ ਗੈਂਗਸਟਰਾਂ ਦਾ ਇਹ ਧਮਕੀਆਂ ਦਾ ਦੌਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ ਪ੍ਰਸ਼ਾਸਨ ਦਾ ਡਰ ਕਹਿੰਦੇ ਕਿ ਗੁੰਡਾਗਰਦੀ ਦੇ ਕਰਨ ਵਾਲਿਆਂ ਦੇ ਵਿੱਚੋਂ ਖਤਮ ਹੈ ਪਰ ਜਿਹੜੇ ਆਮ ਲੋਕ ਜਿਹਦੇ ਕੋਲ ਛੇਕ ਨਾਲ ਜ਼ਮੀਨ ਸੀ ਕਿਹਾ ਕੁਝ ਨਹੀਂ ਕਹਿੰਦੇ ਡੀਸੀ ਸਾਹਿਬ ਨੇ ਉਹਨੂੰ ਸਿਰਫ ਉਹਦੀ ਫੋਟੋ ਖਿੱਚੀ ਤੇ ਉਹ ਫੋਟੋ ਤੋਂ ਹੀ ਸਾਰੀ ਰਾਤ ਇੰਨਾ ਡਰ ਗਿਆ ਕਿ ਸਵੇਰ ਹੁੰਦਿਆਂ ਨੂੰ ਸੁਸਾਈਡ ਕਰ ਲੈਂਦਾ ਮਤਲਬ ਆਮ ਬੰਦੇ ਇਥੇ ਦੋ ਗੱਲਾਂ ਆਉਂਦੀਆਂ ਨੇ ਬਹੁਤ ਢੁੰਗੀਆਂ ਭਾਜੀ ਮਤਲਬ ਆਮ ਬੰਦੇ ਨੂੰ ਹੱਲੇ ਵੀ ਡਰਾ ਪ੍ਰਸ਼ਾਸਨ ਦਾ ਜਿਹਦੇ ਪਿੱਛੇ ਪ੍ਰਸ਼ਾਸਨ ਖੜਾ ਆ ਮਤਲਬ ਪ੍ਰਸ਼ਾਸਨ ਕੀਤੇ ਗੈਂਗਸਟਰ ਪਿੱਛੇ ਖੜਾ ਸਿੱਧਾ ਸਿੱਧਾ ਇੱਥੇ ਲੱਗਦਾ ਨਾ ਗੈਂਗਸਟਰਾਂ ਦੇ ਜੇਲ੍ਹਾਂ ਤੋਂ ਇੰਟਰਵਿਊ ਹੁੰਦੇ ਨੇ ਪ੍ਰਸ਼ਾਸਨ ਕਰਾਉਂਦਾ ਹੋ ਫਿਰ ਤਾਂ ਇਹੀ ਗੱਲ ਹੈ ਕਿਉਂਕਿ ਆਮ ਬੰਦਾ ਤਾਂ ਪੁਲਿਸ ਦੇ ਦੱਬ ਕੇ ਨਾਲ ਹੀ ਉਹ ਪੈਂਟ ਗਿੱਲੀ ਕਰ ਲੈਂਦਾ ਪੰਜਾਬੀ ਆ ਜਿਹੜਾ ਉਹਨੂੰ ਪੁਲਿਸ ਨੇ ਇੰਨੀ ਤਸ਼ੱਦਦਾਂ ਕਰੀਆਂ ਨੇ ਉਹ ਦਿਮਾਗ 'ਚ ਉਹੀ ਵੜਿਆ ਹੋਇਆ ਕਿ ਪੰਜਾਬ ਪੁਲਿਸ ਆ ਗਈ ਮੈਂ ਤੇ ਪਤਾ ਨਹੀਂ ਕੀ ਕਾਰਵਾਈ ਕਰੂਗੀ ਇੱਕ ਪਾਸੇ ਗੈਂਗਸਟਰ ਨੇ ਹੁਣ ਮਤਲਬ ਆਮ ਬੰਦਾ ਤਾਂ ਗੈਂਗਸਟਰ ਬੰਦਾ ਨਹੀਂ ਗੈਂਗਸਟਰਾਂ ਦੀ ਫਿਰ ਸਪੋਰਟ ਕੌਣ ਕਰਦਾ ਪ੍ਰਸ਼ਾਸਨ ਇਹ ਛੇ ਕਨਾਲਾ ਵਾਲਾ ਇਨਸਾਨ ਮੇਰਾ ਭਰਾ ਉਹਦਾ ਹੁਣ ਉਹਦਾ ਪਰਿਵਾਰ ਕੌਣ ਸੰਭੂਗਾ ਦੱਸਣਾ ਉਹ ਤਾਂ ਆਪਣਾ ਨਾ ਤੜ ਤੋਂ ਉਹਦੀ ਪਰਾਲੀ ਸਾਂਭ ਹੋਈ ਨਾ ਹੁਣ ਉਹਦਾ ਪਰਿਵਾਰ ਸਾਂਭ ਹੋਊਗਾ ਫਿਰ ਇਹ ਕਾਦੀ ਸਰਕਾਰ ਆ ਫਿਰ ਤਾਂ ਮੂਰਖ ਲੋਗ ਨੇ ਜਿਹੜੇ ਸਰਕਾਰ ਦੇ ਨਾਲ ਹੱਲੇ ਵੀ ਨੇ ਪਰ ਕਈ ਜ਼ਮੀਰਾਂ ਲੋਕਾਂ ਦੀਆਂ ਜਾਗੀਆਂ ਨੇ ਇਹ ਤੇ ਤਾਂ ਕਿਸਾਨ ਜਥੇਬੰਦੀਆਂ ਨੂੰ ਵਿਦਿਆਰਥੀ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਧਰਨਾ ਲਾਉਣਾ ਚਾਹੀਦਾ ਧਰਨਾ ਵੀ ਇਹੋ ਜਿਹਾ ਲਾਉਣਾ ਚਾਹੀਦਾ ਕਿ ਸਰਕਾਰ ਨੂੰ ਕੋਈ ਸਖਤ ਤੋਂ ਸਖਤ ਕਾਰਵਾਈ ਕਰਨ ਯਾਰ ਹੱਦ ਹੋ ਗਈ ਇੱਥੋਂ ਅੱਗ ਲਾਉਂਦੇ ਪਰਾਲੀ ਨੂੰ ਕਹਿੰਦੇ ਦਿੱਲੀ ਤੱਕ ਧੂਆਂ ਜਾਂਦਾ ਉਹ ਭਾਈ ਸਾਡੇ ਸੈਕਟਰਾਂ ਦਾ ਕੋਈ ਵੜਦਾ ਨਹੀਂ ਧੂਆਂ ਅਸੀਂ ਤਾਂ ਆਮ ਲਈ ਜਾਂਦੇ ਹੁਣ ਵੀ ਦਿੱਲੀ ਚਲ ਜੋ ਜਦੋਂ ਇੱਥੇ ਆਪਾਂ ਕੋਈ ਹੋਰ ਫਸਲ ਬੀਜਦੇ ਆ ਉਦੋਂ ਵੀ ਉਦੋਂ ਵੀ ਧੂਆਂ ਰਹਿੰਦਾ ਉਦੋਂ ਦਿੱਲੀ ਵਾਲੇ ਛੜ ਤੇ ਕਰਦੇ ਨੇ ਦਿੱਲੀ ਵਾਲੇ ਉਦੋਂ ਨਹੀਂ ਕਰਦੇ ਜਦ ਇਹ ਥਾਲੀਆਂ ਚ ਇਹਨਾਂ ਦੇ ਬਾਪ ਉਦੋਂ ਰੋਟੀ ਦਿੰਦੇ ਨੇ ਜਦੋਂ ਰੋਟੀਆਂ ਤੋੜ ਤੋੜ ਕੇ ਖਾਂਦੇ ਨੇ ਉਦੋਂ ਹੁਣੇ ਚੰਡੀਗੜ੍ਹ ਵਾਲੇ ਕਹਿੰਦੇ ਸਾਡੇ ਬੱਚਿਆਂ ਨੂੰ ਨਾ ਪੰਜਾਬ ਦੇ ਨੂੰ ਪਾਓ ਉਹ ਭਾਈ ਤੁਹਾਡਾ ਦੁੱਧ ਪੰਜਾਬ ਤੋਂ ਜਾਂਦਾ ਤੁਹਾਡਾ ਪਾਣੀ ਹਰਿਆਣਾ ਤੋਂ ਜਾਂਦਾ ਪਾਣੀ ਪੰਜਾਬ ਤੋਂ ਜਾਂਦਾ ਹਰਿਆਣਾ ਵਿੱਚ ਜੇ ਚੰਡੀਗੜ੍ਹ ਰੋਕ ਲਵੇ ਨਾ ਪੰਜਾਬ ਤੇ ਹਰਿਆਣਾ ਇੱਕ ਸਾਈਡ ਤੋਂ ਕੀ ਰਹਿ ਜਾਏ ਚੰਡੀਗੜ੍ਹ ਕੋਲ ਇਹ ਵਿਤਕਰਾ ਪੰਜਾਬ ਦੇ ਨਾਲ ਹੁੰਦਾ ਆ ਪਰ ਅਪਾਉ ਕਹਿੰਉ ਨੇ ਭਾਜੀ ਵਿਤਕਰਾ ਕਰਦਾ ਕੌਣਾ ਉਹੀ ਕਰ ਰਿਹਾ ਜਿਹੜਾ ਆਮ ਲੋਕ ਨੇ ਆਮ ਲੋਕਾਂ ਦੀ ਉਹ ਸਰਕਾਰ ਹੈ ਆਮ ਬੰਦਾ ਮਾਰ ਰਿਹਾ ਗੈਂਗਸਟਰ ਤਾਂ ਮਾਰੀ ਨਹੀਂ ਮਾਰੀ ਨਹੀਂ ਰਿਹਾ ਕਿੰਨਾ ਵੱਡਾ ਇਹਦੇ ਪਿੱਛੇ ਤਾਂ ਲੇਵਾਜੀ ਤੇ ਬਹੁਤ ਦੁਖਤ ਘਟਨਾ ਭਾਜੀ ਹੈ ਸਾਡੇ ਕੋਲ ਹੁਣ ਤੱਕ ਅਪਡੇਟ ਪਹੁੰਚੀ ਇਸ ਟੀਮ ਦੇ ਵੱਲੋਂ ਦਿੱਤੀ ਗਈ ਕਹਿੰਦੇ ਕਿ ਪਰਿਵਾਰਚੰਦਾ ਕਿ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਏਡੀਸੀ ਦੇ ਉੱਤੇ ਪਰਚਾ ਦਰਜ ਨਹੀਂ ਹੁੰਦਾ ਪੁਲਿਸ ਕਹਿੰਦੀ ਆਈ ਤੱਕੇ ਨਾਲ ਸੰਸਕਾਰ ਕਰਨ ਦੀ ਕੋਸ਼ਿਸ਼ ਹੋਈ ਪਰ ਪਿੰਡ ਇਕੱਠਾ ਆਇਆ ਨਹੀਂ ਕਰਨ ਦਿੱਤਾ ਗਿਆ ਅਜਿਹੇ ਸਮੇਂ ਤੇ ਵੀ ਪ੍ਰਸ਼ਾਸਨ ਦੇ ਵੱਲੋਂ ਧੱਕਾ ਕੀਤਾ ਭਾਜੀ ਹਰ ਚੀਜ਼ ਯਾਰ ਇਸ ਤੋਂ ਵੱਡੀ ਕੀ ਹੋਊਗੀ ਪ੍ਰਸ਼ਾਸਨ ਇਹ ਕਹਿ ਰਿਹਾ ਐਂਡ 'ਚ ਤਾਂ লাশ ਹੀ ਬਚ ਗਈ ਨਾ ਪ੍ਰਸ਼ਾਸਨ ਕਿਹੜਾ ਕੰਪਨਸੇਸ਼ਨ ਦੀ ਗੱਲ ਕਰ ਰਿਹਾ ਹਾਲੇ ਤਾਂ ਇੱਕ ਦੀ ਮੌਤ ਹੋਈ ਆ ਮੇਰੇ ਭਰਾ ਦੀ ਦੁਖਦ ਕਿੰਨੀਆਂ ਜਾਨਾਂ ਜਾਣ ਗਿਆ ਜਦੋਂ ਇਹ ਪਰਚੇ ਦਿੰਦੇ ਨੇ ਜਦੋਂ ਬੰਦਾ ਅੰਦਰ ਜੇਲ੍ਹ 'ਚ ਸਾਲ 2 ਸਾਲ ਕੱਟ ਕੇ ਆਉਂਦਾ ਉਦੋਂ ਤੁਸੀਂ ਦੇਖੋ ਮੈਂਟਲੀ ਕਿੰਨਾ ਬੰਦੇ ਤੇ ਪ੍ਰੈਸ਼ਰ ਹੁੰਦਾ ਉਗਾਈਏ ਵੀ ਅਸੀਂ ਟਿੱਡ ਵੀਏ ਸੀ ਪਰ ਇਹ ਮੁੜ ਕੇ ਸਾਡਾ ਹੀ ਟਿੱਡ ਘੱਟ ਦਿੰਦੇ ਨੇ ਉਦੋਂ ਕਿੰਨਾ ਬੰਦੇ ਨੂੰ ਦੁੱਖ ਹੁੰਦਾ ਮੈਂਟਲੀ ਕਿੰਨਾ ਬੰਦਾ ਪ੍ਰੈਸ਼ਰ ਜਾਂਦਾ ਜਦੋਂ ਕਹਿੰਦੇ ਪ੍ਰਾਲੀ ਨੂੰ ਅੱਗ ਨਾ ਲਾਓ ਉੱਪ ਅਗਨੀ ਲਾਉਂਦੇ ਤੁਸੀਂ ਦੱਸੋ ਤੁਸੀਂ ਕੀ ਉਦੋਂ ਪ੍ਰਸ਼ਾਸਨ ਕਿੱਥੇ ਸੀਗਾ ਜਦੋਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਪ੍ਰਾਲੀ ਨੂੰ ਅੱਗ ਲਵਾਈ ਸੀ ਉਦੋਂ ਪ੍ਰਸ਼ਾਸਨ ਤੇ ਉਹ ਕਹਿੰਦੇ ਸੀਗੇ ਅਸੀਂ ਤਾਂ ਜੀ ਸਾਡਾ ਦਿਮਾਗ ਹੋ ਗਿਆ ਅਸੀਂ ਡਿਪਰੈਸ਼ਨ 'ਚ ਚਲੇ ਗਏ ਉਹ ਯਾਰ ਉਹ ਨਹੀਂ ਬੰਦੇ ਨਹੀਂ ਅਸੀਂ ਬੰਦੇ ਨਹੀਂ ਹੈਗੇ ਅਸੀਂ ਬੰਦੇ ਨਹੀਂ ਫਿਰ ਤਾਂ ਮੁੱਖ ਮੰਤਰੀ ਨੇ ਵੀ ਕਿਹਾ ਸੀਗਾ ਕਿ ਦੇਖੋ ਜੀ ਸਾਡੇ ਪ੍ਰਸ਼ਾਸਨ ਨੂੰ ਘੇਰ ਕੇ ਕਿਸਾਨਾਂ ਨੇ ਅੱਗ ਲਵਾਈ ਸੀਗੀ ਹੁਣ ਜਦੋਂ ਤੁਹਾਡਾ ਪ੍ਰਸ਼ਾਸਨ ਉਦੋਂ ਕਿਸੇ ਨੂੰ ਕੋਈ ਹੱਸ ਖੇਡ ਕੇ ਉਹਨਾਂ ਨੇ ਕਰਿਆ ਉੱਥੇ ਸਾਰਾ ਕੁਝ ਠੀਕ ਹੈ ਹੁਣ ਤਾਂ ਇੱਕ ਬੰਦੇ ਦੀ ਜਾਨ ਚਲੀ ਗਈ ਹੁਣ ਮੁੱਖ ਮੰਤਰੀ ਦਾ ਕੋਈ ਸਟੇਟਮੈਂਟ ਅੱਜ ਤੱਕ ਹੁਣ ਤੱਕ ਨਹੀਂ ਆਇਆ ਉਦੋਂ ਦਾ ਮੁੱਖ ਮੰਤਰੀ ਨਾਲ ਦੀ ਨਾਲ ਟਵੀਟ ਪਾਤਾ ਸੀਗਾ ਕਿ ਦੇਖੋ ਜੀ ਸਾਡੇ ਪ੍ਰਸ਼ਾਸਨ ਨਾਲ ਧੱਕਾ ਕੀਤਾ ਗਿਆ ਉਹ ਪ੍ਰਸ਼ਾਸਨ ਤੁਹਾਡਾ ਤੁਹਾਡੀ ਆ ਪ੍ਰਸ਼ਾਸਨ ਤਾਂ ਲੋਕਾਂ ਦਾ ਲੋਕਾਂ ਦੇ ਨੌਕਰ ਆ ਪ੍ਰਸ਼ਾਸਨ ਵਾਲੇ ਤੁਹਾਡੇ ਤਾਂ ਲੋਕ ਨੇ ਆਮ ਕਿਸਾਨ ਨੇ ਤੁਹਾਡੇ ਵਿਦਿਆਰਥੀ ਨੇ ਤੁਹਾਡੀਆਂ ਟੀਚਰਾਂ ਨੇ ਆਪਣੀਆਂ ਜਿਨ੍ਹਾਂ ਨੂੰ ਤੁਸੀਂ ਭੈਣਾ ਬਣਾਇਆ ਸੀਗਾ ਟੈਂਕੀਆਂ ਤੋਂ ਲਾਇਆ ਸੀਗਾ ਉਹ ਤੁਹਾਡੇ ਐਂਟੀ ਹੋਇਆ ਫਿਰਦਾ ਤੁਸੀਂ ਉਹਨਾਂ ਦੇ ਹੱਥੀ ਚੜ੍ਹ ਗਏ ਜਿਹੜਾ ਸਾਨੂੰ ਸ਼ੁਰੂ ਤੋਂ ਹੀ ਮਾਰਨਾ ਚਾਹੁੰਦਾ ਤਿਆ ਜੋ ਮਾਰ ਵੀ ਰਿਹਾ ਇਸ ਤੋਂ ਦੁਖਦ ਘਟਨਾ ਭਾਜੀ ਅੱਛਾ ਹੁਣ ਟੀਚਰ ਦਾ ਵੀ ਇਹਨਾਂ ਨੇ ਇਦਾਂ ਹੀ ਸੰਸਕਾਰ ਕੀਤਾ ਸੀਗਾ ਬਹੁਤ ਤਕੜੀ ਚਾਲਾਂ ਹੁੰਦੀਆਂ ਨੇ ਸਰਕਾਰ ਕੋਲ ਸੰਸਕਾਰ ਇਹਨਾਂ ਦਾ ਵੀ ਮੇਰੇ ਭਰਾ ਦਾ ਕਰ ਦੇਣਾ ਪਰ ਮੈਨੂੰ ਅੱਜ ਵੀ ਮੈਂ ਪੰਜਾਬ ਨੂੰ ਕਹਿਣਾ ਕਿ ਜਮੀਰਾਂ ਜਾਗਦੀਆਂ ਨੇ ਲੋਕਾਂ ਦੀਆਂ ਇਹ ਹਾਲੇ ਵੀ ਕਈਆਂ ਦਾ ਖੂਨ ਦੌੜਦਾ ਹਲੇ ਸ਼ਰੀਰਾਂ 'ਚ ਪਾਣੀ ਨਹੀਂ ਹੋਇਆ ਜੇ ਸਾਡੀਆਂ ਜਮੀਰਾਂ ਜਾਗਦੀਆਂ ਨੇ ਜੀ ਸਾਡੀਆਂ ਸਾਡੇ ਚ ਬੋਲਣ ਜੇ ਆਪਣੇ ਗੁਰੂ ਸਾਹਿਬ ਨੇ ਵੀ ਬੋਲੇ ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹੋਗੇ ਫਿਰ ਤੁਸੀਂ ਗਲਤ ਹੋ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਅਸੀਂ ਵੀ ਉੱਥੇ ਜਾਵਾਂਗੇ ਪਰ ਇਹ ਪਰਿਵਾਰ ਨੂੰ ਹੁਣ ਚੰਗੀ ਤਰ੍ਹਾਂ ਠੋਕ ਕੇ ਸਟੈਂਡ ਲੈਣਾ ਚਾਹੀਦਾ ਪ੍ਰਸ਼ਾਸਨ ਦੇ ਖਿਲਾਫ ਪਰ ਭਾਈ ਆਮ ਬੰਦਾ ਹੁੰਦਾ ਡਰ ਜਾਂਦਾ ਪ੍ਰਸ਼ਾਸਨ ਉਹਨੂੰ ਘੇਰ ਲੈਂਦਾ ਪ੍ਰਸ਼ਾਸਨ ਉਹਨੂੰ ਗੱਲਾਂ ਚ ਲਾ ਜਾਂਦਾ ਕਿ ਤੇਰੇ ਬੱਚੇ ਬੱਚੇ ਨੌਕਰੀ ਦੇ ਦਾਂਗੇ ਬੱਚੇ ਨੌਕਰੀ ਪਤਾ ਕਿੱਦਾਂ ਦੇ ਦਿੰਦ ਨੇ ਇਹ ਸਾਡੇ ਕੋਲ ਐਗਜ਼ਾਮਪਲ ਨੇ ਇੱਕ ਲੈਟਰ ਤੇ ਲਿਖ ਦਿੰਦੇ ਨੇ ਕੌਣ ਲਿਖਦਾ ਮੁੱਖ ਮੰਤਰੀ ਦੇ ਪੀਏ ਦਾ ਵੀ ਅੱਗੇ ਗਾਂ ਪੀਏ ਓਐਸਡੀ ਦਾ ਵੀ ਪੀਏ ਦਾ ਅੱਗੇ ਪੀਏ ਉਹ ਲਿਖ ਕੇ ਦੇ ਦਿੰਦਾ ਕਿ ਜਦੋਂ ਤੇਰਾ ਬੱਚਾ ਵੱਡਾ ਹੋਊਗਾ ਨੌਕਰੀ ਦੇ ਦੇਵਾਂਗੇ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪੰਜਾਬ ਦੀਆਂ ਮੋਤਾਂ ਮਤਲਬ ਕੋਈ ਮੌਤ ਹੀ ਨਹੀਂ ਦਿੱਲੀ ਕੋਈ ਬੰਦਾ ਮਰ ਜਾਂਦਾ ਦਿੱਲੀ ਨੂੰ ਮੜ ਜਾ ਸਾਹ ਲੈਣ ਚ ਵੀ ਔਖਾ ਹੁੰਦਾ ਮੁੱਖ ਮੰਤਰੀ ਟੀਕਾ ਮਾਰਦਾ ਸਾਡਾ ਪੰਜਾਬ ਵਾਲਾ ਸਿਰ ਤੇ ਪੱਗ ਬੰਨ੍ਹ ਗਏ ਜਦੋਂ ਪੰਜਾਬ ਦੇ ਵਿੱਚ ਲਾਸ਼ਾਂ ਚੱਕੀਆਂ ਜਾਂਦੀਆਂ ਉਦੋਂ ਮੁੱਖ ਮੰਤਰੀ ਬੋਰਦਾਂ ਫਿਰ ਤਾਂ ਇਹ ਮਤਲਬ ਇਹ ਮੁੱਖ ਮੰਤਰੀ ਪੰਜਾਬ ਦਾ ਤਾਂ ਨਹੀਂ ਹੈਗਾ ਜਦੋਂ ਫਿਰ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਬੋਲਣ ਤੋਂ ਹਟਾ ਉਦੋਂ ਮੁੱਖ ਮੰਤਰੀ ਦਾ ਨਹੀਂ ਆਉਂਦਾ ਜਦੋਂ ਪੰਜਾਬ ਦੇ ਨੌਜਵਾਨ ਮਰਦੇ ਆ ਉਦੋਂ ਮੁੱਖ ਮੰਤਰੀ ਕੋਈ ਬੋਲਦਾ ਨਹੀਂ ਜਦੋਂ ਕੋਈ ਇਦਾਂ ਦੀ ਕੱਟ ਨਹੀਂ ਉਹ ਕੱਟਣਾ ਹੋ ਜਾਂਦੀ ਆ ਉਦੋਂ ਮੁੱਖ ਮੰਤਰੀ ਚੀਕਾ ਮਾਰਦਾ ਉਦੋਂ ਮੁੱਖ ਮੰਤਰੀ ਕਹਿੰਦਾ ਲੈ ਵੀ ਅਸੀਂ ਸਾਡਾ ਇਹ ਆ ਇਹ ਪੰਜਾਬ ਦਾ ਨਹੀਂ ਹੈਗਾ ਇਹ ਮੈਨੂੰ ਲੱਗਦਾ ਇਹ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ ਵਿਸ਼ਵ ਇਹਦੇ ਕੋਲ ਤਾਕਤ ਆ ਚੁੱਕੀ ਆ ਭਗਵੰਤ ਮਾਨ ਕੋਲ ਕੋਈ ਪਰ ਇਹਨੂੰ ਸਮਝਣਾ ਚਾਹੀਦਾ ਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਬੇਨਤੀ ਹੈ ਇਹ ਤੋਂ ਉਹਨੂੰ ਕੋਈ ਮੁੜ ਕੇ ਨਹੀਂ ਵਾਪਸ ਆ ਸਕਦਾ ਉਹ ਪਰ ਜਿਹੜੇ ਦੋਸ਼ੀ ਨੇ ਅੱਗੇ ਵਾਸਤੇ ਕੀ ਕਰਨਗੇ ਭਾਜੀ ਇਹੋ ਦੱਸੋ ਪਰਾਲੀ ਵਾਸਤੇ ਕੀ ਕਰਨਗੇ ਅਖੀਰ 'ਚ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕੀ ਕਰਨਗੇ ਇਹ ਪਰਾਲੀ ਵਾਸਤੇ ਅੱਗੇ ਜਿਹੜੇ ਕਿਸਾਨਾਂ ਨਾ ਮਰਨ ਕੀ ਉਹਨਾਂ ਨੂੰ ਇਹ ਕੀ ਹੱਲ ਦੇ ਰਹੇ ਨੇ ਕਿ ਤੁਸੀਂ ਇੱਕ ਕਹਿੰਦੇ ਸੀ ਐਮਐਸਪੀ ਬੰਦ ਕਰ ਦੇਵਾਂਗੇ ਜੀ ਉਹ ਸ਼ਰਮ ਨੂੰ ਹੱਥ ਮਾਰੋ ਐਮਐਸਪੀ ਬੰਦ ਕਰ ਦੋਗੇ ਮੁੜ ਕੇ ਪੰਜਾਬ ਕੋਲ ਪੱਲੇ ਕੀ ਰਹੂਗਾ ਸਾਡੇ ਪਰਦਾਦਾ ਤੋਂ ਅਸੀਂ ਇੱਕ ਹੀ ਚੀਜ਼ ਕਰਦੇ ਆ ਰਹੇ ਹਾਂ ਖੇਤੀ ਪੰਜਾਬ ਬਚਿਆ ਕਿਉਂ ਕਰੋਨਾ ਚ ਖੇਤੀ ਕਰਕੇ ਪੰਜਾਬ ਕਿਉਂ ਬਾਕੀ ਸਾਰੇ ਕਿਤੇ ਕੈਨੇਡਾ ਜੀ ਰੈਸੈਸ਼ਨ ਹੈ ਰਾਜਸਥਾਨ ਚਲ ਜਾਓ ਦੇਖ ਲਓ ਜ਼ਮੀਨਾਂ ਉੱਥੇ ਪੰਜਾਬ ਦੀ ਜ਼ਮੀਨ ਗੁਰੂ ਨਾਨਕ ਦੇਵ ਜੀ ਨੇ ਵਾਈ ਹੈ ਇਹ ਉਹਨਾਂ ਨੂੰ ਹੀ ਮਾਰਨ ਨੂੰ ਫਿਰਦੇ ਨੇ ਕੀ ਕਰ ਸਕਦੇ ਆ ਭਾਜੀ ਬਿਲਕੁਲ ਸਹੀ ਜ਼ਰੂਰ ਹੈ ਕਿ ਇਹ ਜੋ ਖਬਰ ਹੈ ਖਬਰ ਨੇ ਕਿੰਨਾ ਕਿਤੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਤੇ ਸਵਾਲ ਚੁੱਕਿਆ ਕਿਉਂਕਿ 6 ਸਾਲਾਂ ਦੀ ਬੱਚੀ ਦੇ ਕੋਲੋਂ ਉਸਦੇ ਪਿਤਾ ਦੀ ਛਾਂ ਖੋ ਲਈ ਗਈ ਇੱਕ ਪਰਿਵਾਰ ਦਾ ਕਮਾਉਣ ਵਾਲਾ ਜੀ ਖੋ ਲਿਆ ਗਿਆ ਜਿਸ ਪਰਿਵਾਰ ਤੇ ਕੋਲ 6 ਕਨਾਲਾਂ ਜ਼ਮੀਨ ਸੀ 6 ਕਨਾਲਾਂ ਜ਼ਮੀਨ ਦੇ ਵਿੱਚ ਪਹਿਲਾਂ ਹੀ ਬਹੁਤ ਔਖੇ ਹੋ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਜਦੋਂ ਪਰਿਵਾਰ ਦਾ ਕਮਾਉਣ ਵਾਲਾ ਜੀ ਚਲਿਆ ਗਿਆ ਤਾਂ ਪਰਿਵਾਰ ਦੇ ਉਹਨਾਂ ਤਿੰਨ ਜੀਆਂ ਦੀ ਜ਼ਿੰਮੇਵਾਰੀ ਕਿਸ ਤੇ ਕੋਲ ਹੋਏਗੀ ਵੱਡਾ ਸਵਾਲ ਪੰਜਾਬ ਦੇ ਪ੍ਰਸ਼ਾਸਨ ਅਤੇ ਸਰਕਾਰ ਦੇ ਅੱਗੇ ਹੈ